साडा जिहड़ी कॉन्स्टिट्यूएंसी आ 2002 तो लैके 2017 तक जिन्ने उम्मीदवार रहे उन्होंने धूरी नूं एज़ आ किराए दा मकान वरत्या नारा दिता गया जां जिहड़े तुसीं कह रहे कि सारे किराएदार ने जां धूरी नूं किराए दे तौर ते समझिया गया ਉਹ ਸਾਰੀਆਂ ਆਪਦੇ ਜਿਹੜੇ ਕੈਂਡੀਡੇਟ ਨੇ ਉਹ ਬਾਹਰੋਂ ਲੈ ਕੇ ਆਏ ਨੇ ਕਿ ਸਾਡੀ ਮਿੱਟੀ 'ਚ ਇੰਨੀ ਜਾਣ ਹੈ ਨਹੀਂ ਵੀ ਅਸੀਂ ਲੀਡਰ ਪੈਦਾ ਕਰ ਸਕੀਏ ਕਿ ਹਮੇਸ਼ਾ ਹੀ ਇਹ ਕੀ ਮਜਬੂਰੀਆਂ ਨੇ ਸਾਡੀ ਪਾਰਟੀ ਦੀਆਂ ਵੀ ਉਹ ਬਾਹਰੋਂ ਲੀਡਰ ਕਿਉਂ ਲੈ ਕੇ ਆਉਂਦੇ ਨੇ ਚਾਹੇ ਆਮ ਆਦਮੀ ਦੀ ਗੱਲ ਕਰੀਏ ਉਹਨਾਂ ਦੇ 10-12 ਕੈਂਡੀਡੇਟ ਵਿਚਾਰੇ 4-5 ਸਾਲ ਪੋਸਟਰ ਲਾਉਂਦੇ ਰਹੇ ਹੁਣ ਉਹਨਾਂ ਦੇ ਉੱਪਰ ਆ ਕੇ ਭਗਵੰਤ ਮਾਨ ਜੀ ਬਹਿ ਗਏ ਭਗਵੰਤ ਦੋ ਵਾਰ ਐਮ ਪੀ ਬਣਿਆ ਔਰ ਤੁਹਾਨੂੰ ਲੱਗਦਾ ਕਿ ਭਗਵੰਤ ਤੁਹਾਨੂੰ ਕਮਜ਼ੋਰ ਕੜੀ ਸਮਝ ਰਿਹਾ ਜਾਂ 9 ਸੀਟਾਂ 'ਚ ਉਹਨੇ ਧੂਰੀ ਨੂੰ ਚੁਣਿਆ ਹੈਗਾ ਕਿ ਦਲਬੀਰ ਗੋਲਡੀ ਕਮਜ਼ੋਰ ਹੋ ਸਕਦਾ ਪਰ ਤੁਸੀਂ ਖੁਦ ਵੀ ਕਹਿ ਰਹੇ ਕਿ ਮੈਂ ਇੱਕ ਪਿੰਡ ਦਾ ਨਿਆਣਾ ਅਤੇ ਨਿਆਣੇ ਦੀ ਲੜਾਈ ਵੱਡੇ ਸਿਆਣੇ ਨਾਲ ਆ ਸਾਰੇ ਕਹਿੰਦੇ ਸੀ ਵੀ ਇੱਕ ਵੱਡਾ ਚਿਹਰਾ ਇੱਕ ਸੈਲੀਬ੍ਰਿਟੀ ਇੱਕ ਵੱਡਾ ਚਿਹਰਾ ਅੱਜ ਥੋੜ੍ਹੇ ਦਿਨ ਹੀ ਹੋਏ ਨੇ ਯਾਨੀ ਕਿ ਅੱਜ ਤੁਸੀਂ ਇੱਕ ਨਿਆਣੇ ਤੇ ਵੱਡੇ ਮੈਂ ਸਾਰੀ ਉਮਰ ਹੀ ਨਿਆਣਾ ਰਹਿਣਾ ਬਈ ਮੈਂ ਤਾਂ ਕੰਮ ਕਰਕੇ ਦਿਖਾਏ ਨੇ ਤੇ ਮੈਂ ਇੱਕ ਚੀਜ਼ ਪ੍ਰੂਵ ਕਰਨੀ ਹੈ ਅੱਜਗੀ ਵੀ ਮੂਰੇ ਸੈਲੀਬ੍ਰਿਟੀ ਹੋਵੇ ਕੁਛ ਹੋਵੇ ਜੇ ਇਨਸਾਨ ਨੇ ਮਿਹਨਤ ਕਰੀ ਹੋਵੇ ਉਹਦੇ ਹੌਸਲੇ ਜ਼ਬਰਦਸਤ ਹੋਣ ਉਹਦੇ ਨਾਲ ਉਹਦੇ ਪਿੰਡ ਦੀ ਸ਼ਹਿਰ ਦੀ ਗੁਰੂ ਮਹਾਰਾਜ ਦੀ ਭੈਣ ਭਰਾਵਾਂ ਦਾ ਸਾਥ ਹੋਵੇ ਉਹ ਬੰਦਾ ਫਿਰ ਔਖੀ ਤੋਂ ਔਖੀ ਜੰਗ ਆ ਜਿਹੜੀ ਬੜੇ ਆਰਾਮ ਨਾਲ ਜਿੱਤ ਲੈਂਦਾ ਬਹੁਤੀਆਂ ਗੱਲਾਂ ਨਹੀਂ ਆਉਂਦੀਆਂ ਤੇ ਨਾ ਹੀ ਮੈਨੂੰ ਲੱਛੇਦਾਰ ਭਾਸ਼ਣ ਦੇਣਾ ਆਉਂਦਾ ਹੈਗਾ ਜੀ ਇਹ ਲੜਾਈ ਵਿਚਾਰਾਂ ਦੀ ਕਿ ਜਾਂ ਮਿਹਣਾ ਹੈਗਾ ਵਿਚਾਰਾਂ ਦੀ ਵੀ ਕਹਿ ਸਕਦੇ ਆ ਮਿਹਣਾ ਵੀ ਆ ਜਿੰਨੀ ਨੈਗੇਟਿਵ ਪੋਲਿਟਿਕਸ ਆਮ ਆਦਮੀ ਵਾਲੇ ਕਰ ਰਹੇ ਨੇ ਮੈਨੂੰ ਲੱਗਦਾ ਅੱਜ ਤੱਕ ਕਦੇ ਕਿਸੇ ਪੋਲੀਟੀਕਲ ਪਾਰਟੀ ਨੇ ਇੰਨੀ ਨੈਗੇਟਿਵ ਪੋਲਿਟਿਕਸ ਨਹੀਂ ਕੀਤੀ ਪਰ ਕਾਂਗਰਸ ਦਾ ਤੁਹਾਡੀ ਨਜ਼ਰ ਦੇ ਵਿੱਚ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਾਂ ਭਾਰਤੀ ਜਨਤਾ ਪਾਰਟੀ ਦੇ ਨਾਲ ਆਮ ਆਦਮੀ ਪਾਰਟੀ ਦੇ ਨਾਲ ਮੰਨ ਕੇ ਚੱਲ ਰਹੀ ਕਾਂਗਰਸ ਪਾਰਟੀ ਆਲ ਓਵਰ ਪੰਜਾਬ ਦੀ ਜੇ ਗੱਲ ਕਰੀਏ ਤਾਂ ਮੈਨੂੰ ਲੱਗਦਾ ਵੀ ਅਕਾਲੀ ਦਲ ਨਾਲ ਮੁਕਾਬਲਾ ਹੋਊਗਾ ਅਸੀਂ ਇਸ ਟਾਈਮ ਪੁੰਨਾਵਾਲ ਦੀ ਧਰਤੀ ਤੇ ਜਿੱਥੋਂ ਦਾ ਦਲਬੀਰ ਗੋਲਡੀ ਉਹਨੇ ਨਾਰਾ ਦਿੱਤਾ ਹੈਗਾ ਕਿ ਧੂਰੀ ਮੇਰੀ ਮਿੱਟੀ ਧੂਰੀ ਮੇਰਾ ਪਰਿਵਾਰ ਇਹ ਨਾਰਾ ਕਿਉਂ ਦੇਣਾ ਪਿਆ ਹੈਗਾ ਇਹ ਵੀ ਦੱਸਦੇ ਨੇ ਕਿ ਇੱਥੇ ਕੰਮ ਦੀ ਵੈਲਿਊ ਆ ਚਿਹਰੇ ਦੀ ਵੈਲਿਊ ਨਹੀਂ ਆ ਇੱਥੇ ਲੱਛੇਦਾਰ ਭਾਸ਼ਣ ਦੀ ਵੈਲਿਊ ਨਹੀਂ ਆ ਇਸ਼ਾਰਾ ਕਿੱਧਰ ਆ ਇਸ ਬਾਬਤ ਅਸੀਂ ਗੱਲਬਾਤ ਕਰਾਂਗੇ ਦਲਬੀਰ ਗੋਲਡੀ ਦੇ ਨਾਲ ਦਲਬੀਰ ਜੀ ਲੜਾਈ ਵਿਕਾਸ ਦੀ ਜਾਂ ਚਿਹਰਿਆਂ ਦੀ ਮੇਰੇ ਕੌਨਸਟੀਚੁਐਂਸੀ ਤਾਂ ਵਿਕਾਸ ਦੀ ਲੜਾਈ ਆ ਜੀ ਕਿਉਂਕਿ ਸਾਡਾ ਜਿਹੜੀ ਕੌਨਸਟੀਚੁਐਂਸੀ ਆ 2002 ਤੋਂ ਲੈ ਕੇ 2017 ਤੱਕ ਜਿੰਨੇ ਉਮੀਦਵਾਰ ਰਹੇ ਉਹਨੇ ਧੂਰੀ ਨੂੰ ਐਜ਼ ਆ ਕਿਰਾਏ ਦਾ ਮਕਾਨ ਵਰਤਿਆ ਉਹ ਆ ਕੇ ਲੜੇ ਅਗਲੀ ਵਾਰ ਉਹ ਆਪਣੀ ਆਪਣੀ ਕੌਨਸਟੀਚੁਐਂਸੀ ਚਲੇ ਗਏ ਅਤੇ ਸਾਡੇ ਇੱਥੇ ਕੋਈ ਵਿਕਾਸ ਨਹੀਂ ਸੀ ਹੋਇਆ 5 ਸਾਡੀਆਂ ਮੁੱਖ ਸੜਕਾਂ ਸੀ ਉਹ ਵੀ ਟੁੱਟੀਆਂ ਹੋਈਆਂ ਸ਼ੇਰਪੁਰ ਨੂੰ ਜਾਂਦੇ ਹੋਏ ਪੁਲ ਟੁੱਟਿਆ ਹੋਇਆ ਕੋਈ ਵੀ ਚੀਜ਼ ਅਜਿਹੀ ਨਹੀਂ ਸੀ ਜੋ ਮੈਨੂੰ ਵਧੀਆ ਤਰੀਕੇ ਨਾਲ ਮੈਨੂੰ ਮਿਲੀ ਨਾ ਸਾਡੇ ਗਰਾਊਂਡ ਸੀ ਬੇਸਿਕ ਫੈਸਿਲਿਟੀਜ਼ ਵੀ ਨਹੀਂ ਸੀਗੀਆਂ ਸੋ ਮੇਰੀ ਦਿਨ ਰਾਤ ਅਸੀਂ ਨੇ ਮਿਹਨਤ ਕਰੀ ਅਤੇ ਅੱਜ ਸਾਡਾ ਹਲਕਾ ਜਿਹੜਾ ਮੋਰੀ ਹਲਕਿਆਂ 'ਚੋਂ ਆਉਂਦਾ ਅਤੇ ਕਿਸੇ ਵੀ ਬੰਦੇ ਕੋਲ ਜਾਊਂਗੇ ਚਾਹੇ ਕੋਈ ਮੇਰਾ ਵਿਰੋਧੀ ਆ ਤੁਸੀਂ ਉਹਨੂੰ ਵੀ ਜਾ ਕੇ ਪੁੱਛੋਗੇ ਤਾਂ ਉਹ ਤੁਹਾਨੂੰ ਇਹ ਕਹੂਗਾ ਵੀ ਕੰਮ ਤਾਂ ਬਹੁਤ ਹੋਏ ਨੇ ਠੀਕ ਹੈ ਜੀ ਸੋ ਇਸ ਵਾਰ ਜਿਹੜੀ ਲੜਾਈ ਆ ਉਹ ਇਸੇ ਚੀਜ਼ ਕਰਕੇ ਆ ਕਿਉਂਕਿ ਅਸੀਂ ਦੋਵੇਂ ਹੀ ਜ਼ਿੰਮੇਵਾਰ ਸੀ ਦੋਵੇਂ ਕੀ ਤਿੰਨੀ ਜ਼ਿੰਮੇਵਾਰ ਸੀ ਮੈਂ MLA ਸੀ ਰਾਜ ਸਭਾ ਮੈਂਬਰ ਅਕਾਲੀ ਦਲ ਦੇ ਸੀ ਲੋਕ ਸਭਾ ਮੈਂਬਰ ਲਗਾਤਾਰ 2 ਵਾਰ ਤੋਂ ਭਗਵੰਤ ਮਾਨ ਜੀ ਸੀ ਅਤੇ ਐਤਕੀ ਜਿਹੜਾ ਇੱਥੇ ਧੂਰੀ ਦੀ ਸੀਟ ਆ ਇੱਥੇ ਅਸੀਂ ਦੋਵੇਂ ਹੀ ਜ਼ਿੰਮੇਵਾਰ ਹਾਂ ਅਤੇ ਦੋਵੇਂ ਹੀ ਆਪਦੇ ਆਪਦੇ ਕੰਮਾਂ ਨੂੰ ਮੈਨੂੰ ਲੱਗਦਾ ਆਪਦੀ ਕੌਨਸਟੀਚੁਐਂਸੀ ਦੱਸੀਏ ਵੀ ਅਸੀਂ ਕੀ ਕਰਵਾਇਆ ਅਤੇ ਮੈਨੂੰ ਲੱਗਦਾ ਕਿ ਲੋਕ ਬਹੁਤ ਸੂਝਵਾਨ ਨੇ ਪੜ੍ਹੇ ਲਿਖੇ ਨੇ ਅੱਜ ਮੈਂ ਆਪਦੇ ਪਿੰਡ ਹਾਂ ਇਹ ਜਿਹੜਾ ਮੇਰਾ ਪਿੰਡ ਹੈ ਜੀ ਤੁਸੀਂ ਇਹ ਮੰਨ ਲਓ ਵੀ ਪਿਛਲੀ ਵਾਰ ਸ਼ਾਇਦ ਪਾਰਟੀ ਪੂਟੀਆਂ ਤਾਂ ਪਰਾਂ ਰਹਿ ਗਈਆਂ ਮੇਰੇ ਇਕੱਲੇ ਇਕੱਲੇ ਭਰਾ ਭੈਣ ਚਾਚੇ ਤਾਇਆਂ ਨੇ ਸਭ ਕੁਛ ਭੁੱਲ ਭੁਲਾ ਕੇ ਸਭ ਤੋਂ ਵੱਡਾ ਯੋਗਦਾਨ ਜਿਹੜਾ ਮੈਨੂੰ ਜਿਤਾਉਣ ਦੇ ਵਿੱਚ ਯਾਨੀ ਕਿ ਸੀਗਾ ਉਹ ਇਹਨਾਂ ਨੇ ਸਾਰਿਆਂ ਨੇ ਆਪਦਾ ਰੋਲ ਆ ਜਿਹੜਾ ਉਹ ਅਦਾ ਕਰਿਆ ਸੋ ਇਹ ਜਿਹੜੀ ਚੀਜ਼ ਆ ਐਤਕੀ ਫਿਰ ਸਾਡੇ ਜਿਹੜੇ ਪਿੰਡ ਵਾਲੇ ਆ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਮੇਰੇ ਨਾਲ ਪਿਆਰ ਜਾਂ ਕੁਛ ਹੋਰ ਅਤੇ ਮੈਂ ਵੀ ਕੋਈ ਕਸਰ ਨਹੀਂ ਛੱਡੀ ਫਿਰ ਪਿੰਡ ਦੀ ਮੈਨੂੰ ਲੱਗਦਾ ਸ਼ਾਇਦ ਹੀ ਕੋਈ ਚੀਜ਼ ਸਾਡੇ ਮੇਰੇ ਇੱਥੇ ਸਰਪੰਚ ਸਰਬਸੰਮਤੀ ਨਾਲ ਮੇਰੇ ਚਾਚਾ ਜੀ ਨੇ ਪਿੰਡ ਵਾਲਿਆਂ ਨੇ ਉਹ ਵੀ ਜ਼ਿੰਮੇਵਾਰੀ ਆਪ ਹੀ ਗੁਰੂ ਘਰੇ ਬੁਲਾ ਕੇ ਦਿੱਤੀ ਤਾਂ ਸਾਡੀ ਹੋਰ ਜ਼ਿੰਮੇਵਾਰੀ ਹੋ ਗਈ ਇਸ ਤੋਂ ਪਹਿਲਾਂ ਜਗਤਾਰ ਜੀ ਨਾ ਮੇਰੀ ਫੈਮਿਲੀ 'ਚ ਕੋਈ ਮੈਂਬਰ ਸੀ ਨਾ ਮੇਰੇ ਪਰਿਵਾਰ 'ਚ ਕੋਈ ਸਰਪੰਚ ਸੀ ਮੇਰੇ ਫਾਦਰ FCI 'ਚੋਂ ਰਿਟਾਇਰ ਨੇ ਜੀ ਅਤੇ ਬਾਕੀ ਇੱਕ ਚਾਚਾ ਜੀ ਮੇਰੇ ਇੱਟਾਂ ਦੇ ਭੱਠੇ ਦਾ ਕੰਮ ਕਰਦੇ ਸੀਗੇ ਜੀ ਅਤੇ ਇੱਕ ਚਾਚਾ ਜੀ ਮੇਰੇ ਬਾਹਰ US ਨੇ ਜੀ ਉਹ ਖੇਤੀਬਾੜੀ ਕਰਦੇ ਸੀਗੇ ਪਹਿਲਾਂ
तो बड़ी वधिया तरीके नाल जिहड़ा लोकां दा इस बार भी तुसीं देख सकदे हो कि मेरे पिंड दा प्रोग्राम रैली हो रही है एक तरह की कला कला जी कले कले घर दा जी इत्थे बैठा ये प्यार आ जी ये गुरु महाराज का ओट आसरा जी नारा दिता है जां जिहड़े तुसीं कह रहे कि सारे किराएदार ने जां धूरी नूं किराए दे तौर ते समझिया गया अज भी बाहरों लोग आ के लड़ाई लड़ रहे जी मैनू ये समझ नहीं आती बई जी भी मैनू नारा क्यों देना पिया क्योंकि कला मैं ही कैंडीडेट हाँ जिहड़ियां मुख विरोधी तिने चारे पार्टियां ने वो सारियां आपदे जिहड़े कैंडीडेट ने बाहरों लैके आए ने कि साडी मिट्टी च इन्नी जान है नहीं भी असी लीडर पैदा कर सकीए उरों कि हमेशा ही ये की मजबूरियां ने साडी पार्टी दियां भी वह बाहरों लीडर क्यों लैके आउंदे ने चाहे आम आदमी की गल करिए उन्होंने 10-12 कैंडीडेट बेचारे 4-5 साल पोस्टर लाते रहे हूँ उन्होंने उपर आ के भगवंत मान जी बह गए चाहे अकाली दल के किन्ने ही बंदे सीगे जी बेचारे जिहड़े तैयारियां कर रहे सीगे बहुत ही नेक रूह साढ़े प्रीत कंबाइन तो अंकल सीगे जी सो ये चीज़ा ना मैनू लगता भी इंसान इन्नी टाइम मेहनत करता तो उदा दिल नहीं टुटना चाहिए जिहड़ा बंदा वधिया ऑन मैरिट ते कैंडीडेट होने चाहिए ने भगवंत दो बार एम पी बने और तुम लगता है कि भगवंत तुम कमजोर कड़ी समझ रहा या 9 सीटा चुने धूरी नूं चुने है कि दलबीर गोल्डी कमजोर हो सकता पर तुम खुद भी कह रहे कि मैं एक पिंड का न्याणा तो न्याणे की लड़ाई स्याणे नाल हाँ बिल्कुल जी देखो सारे कहते भी एक बड़ा चेहरा एक सैलीब्रिटी एक बड़ा चेहरा अज थोड़े जे दिन ही होए ने जाने के अज तुसी एक न्याणे ते वड्डे मैं सारी उम्र ही न्याणा रहना बई चाहे मैं कितने भी चला जावा मैं तो नीवें ही रहना तो गुरु महाराज अगे यही अरदास जिथे भी मैं समझ लो गुरु महाराज ने ताकत दी इस तो वड्डे अहदे ते जाऊँगा होर नीवा होना जी जिन्ना नीवा होगा इंसान जी तो उन्ना ही ज्यादा वधिया जी क्योंकि जिम्मेवारियां जिहड़ियां रब दिंदा ना जी ये मिलता जांदियां ने पर इन्हां नूं सांभणा बहुत औखा हुंदा तो नीवा हो के ही जिवें गुरु महाराज कहिंदे ने नीवा हो के ही सारियां चीज़ां नूं सांभ सकदे आ सारे कैंडीडेट अज बीजेपी की गल करिए संगरूर तो अकाली दल की गल करिए संगरूर तो आम आदमी की गल करिए दड़बे तो सो ये जिहड़े सारे पक्ष ने ये बहुत सारे पक्ष ने लोग क्यास राइयां ला रहे ने भी ये लहरे तो क्यों नहीं लड़े अलग अलग तरह के व्यूज़ ने यह संगरूर तो क्यों नहीं लड़े अलग अलग तरह के हरेक बंदे दे व्यूज़ ने सो मैं वो चीज़ों च नहीं पैना मैं तो सिर्फ इस चीज़ ही पैना कि मैं तो कम करके दिखाए ने ते मैं एक चीज़ प्रूव करनी है ऐतकी भी मूहरे सैलीब्रिटी होवे कुछ होवे जे इंसान ने मेहनत करी होवे उहदे हौसले जबरदस्त होण उहदे नाल उहदे पिंड दी शहर दी गुरु महाराज दी भैण भरावां दा साथ होवे ਉਹ ਬੰਦਾ ਫਿਰ ਔਖੀ ਤੋਂ ਔਖੀ ਜੰਗ ਆ ਜਿਹੜੀ ਬੜੇ ਆਰਾਮ ਨਾਲ ਜਿੱਤ ਲੈਂਦਾ ਬੜੇ ਈਜ਼ੀਲੀ ਜਿੱਤ ਲੈਂਦਾ ਪਿਛਲੀ ਵਾਰ ਮੈਂ ਬਹੁਤ ਭੱਜ ਨੱਠ ਕਰ ਰਿਹਾ ਸੀਗਾ ਯਾਨੀ ਕਿ ਵੀ ਬਹੁਤ ਹੀ ਐਤਕੀ ਮੈਂ ਬੜਾ ਰਿਲੈਕਸ ਹੋ ਕੇ ਇਲੈਕਸ਼ਨ ਲੜ ਰਿਹਾ ਬੜਾ ਈਜ਼ੀ ਆਰਾਮ ਨਾਲ ਜਿਵੇਂ ਤੁਸੀਂ ਨੇ ਵੀ ਦੇਖਿਆ ਆਪਾਂ ਨੂੰ ਤਕਰੀਬਨ ਇੱਥੇ ਘੰਟਾ ਹੋ ਗਿਆ ਕੋਈ ਮੈਨੂੰ ਕਾਹਲ ਨਹੀਂ ਮੇਰੀ ਸ਼ੁਰੂ ਤੋਂ ਹੀ ਇਹ ਨੇਚਰ ਰਹੀ ਆ ਵੀ ਜਿੱਥੇ ਜਾਣਾ ਤਾਂ ਟਾਈਮ ਫੁੱਲ ਦੇਣਾ ਲੀਡਰਾਂ ਵਾਲਾ ਕੰਮ ਨਹੀਂ ਵੀ ਇੱਥੇ ਪਹੁੰਚ ਗਿਆ ਜੀ 2 ਮਿੰਟ ਭੱਜ ਜਾਓ ਜੀ ਨਾ ਵੀ ਪੂਰਾ ਪ੍ਰੋਪਰ ਘੱਟੋ ਘੱਟ ਇਹ ਜਾਣ ਤਾਂ ਸਕਣ ਵੀ ਇਹਨਾਂ ਦਾ ਬੇਟਾ ਜਾਂ ਇਹਨਾਂ ਦਾ ਲੀਡਰ ਕੀ ਸੋਚ ਰੱਖਦਾ ਜਾਂ ਇਹਨਾਂ ਦੀਆਂ ਕੀ ਡਿਮਾਂਡਸ ਨੇ ਇਹ ਕੀ ਕਹਿਣਾ ਚਾਹੁੰਦੇ ਨੇ ਇਹ ਤਾਂ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਮੈਨੂੰ ਲੱਗਦਾ ਕਿ ਜਿਹੜਾ ਬਦਲਾਅ ਨਾ ਬਈ ਬਦਲਾਅ ਇਕੱਲੀ ਪਾਰਟੀ ਨਾਲ ਨਹੀਂ ਆ ਸਕਦਾ ਬਦਲਾਅ ਕਿਸੇ ਵੀ ਪਾਰਟੀ 'ਚ ਆ ਸਕਦਾ ਬੇਸ਼ੱਕ ਵੀ ਯਾਨੀ ਕਿ ਇੱਕ ਜਿਹੜਾ ਬੰਦਾ ਲੀਡਰ ਆ ਉਹ ਕਿਸ ਤਰੀਕੇ ਨਾਲ ਲੀਡ ਕਰ ਰਿਹਾ ਉਸ ਸਿਸਟਮ ਨੂੰ ਆਹ ਦੇਖੋ ਆਹ ਸਾਰੇ ਬੈਠੇ ਨੇ ਜੀ ਕੋਈ ਫਰਕ ਨਹੀਂ ਹੈਗਾ ਜੀ ਜਦੋਂ ਆਪਾਂ 100-100 ਫੁੱਟ ਬੈਰੀਗੇਟ ਲਾ ਦਿੰਦੇ ਹਾਂ ਉਹਨਾਂ ਨੇ ਤੁਹਾਨੂੰ ਤਾਕਤ ਦਿੱਤੀ ਹੁੰਦੀ ਆ ਉਹ ਉਹਨਾਂ ਤੋਂ ਹੀ ਤੁਸੀਂ ਡਰੀ ਜਾਂਦੇ ਹੋ ਤਾਂ ਮੈਨੂੰ ਲੱਗਦਾ ਵੀ ਇਹ ਚੀਜ਼ ਨਹੀਂ ਹੋਣੀ ਚਾਹੀਦੀ ਕਿ ਮੈਨੂੰ ਬਹੁਤੀਆਂ ਗੱਲਾਂ ਨਹੀਂ ਆਉਂਦੀਆਂ ਅਤੇ ਨਾ ਹੀ ਮੈਨੂੰ ਲੱਛੇਦਾਰ ਭਾਸ਼ਣ ਦੇਣਾ ਆਉਂਦਾ ਹੈਗਾ ਜੀ ਇਹ ਲੜਾਈ ਵਿਚਾਰਾਂ ਦੀ ਜਾਂ ਮਿਹਣਾ ਹੈਗਾ ਵਿਚਾਰਾਂ ਦੀ ਵੀ ਕਹਿ ਸਕਦੇ ਹਾਂ ਮਿਹਣਾ ਵੀ ਆ ਮੈਨੂੰ ਲੱਗਦਾ ਕਿ ਉਹ ਬੇਸਿਕ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਵੀ ਮੈਨੂੰ ਲੱਗਦਾ ਉਹਦੀ ਨੌਲੇਜ ਵੀ ਮਾਫ਼ ਕਰਿਓ ਮੈਂ ਇਹ ਚੀਜ਼ ਕਹਿ ਰਿਹਾ ਪਰ ਧੀਆਂ ਭੈਣਾਂ ਦੀ ਇੱਜ਼ਤ ਬੱਚਿਆਂ ਦੀ ਇੱਜ਼ਤ ਜਿੰਨੀ ਨੈਗੇਟਿਵ ਪੋਲੀਟਿਕਸ ਆਮ ਆਦਮੀ ਵਾਲੇ ਕਰ ਰਹੇ ਨੇ ਮੈਨੂੰ ਲੱਗਦਾ ਅੱਜ ਤੱਕ ਕਦੇ ਕਿਸੇ ਪੋਲੀਟੀਕਲ ਪਾਰਟੀ ਨੇ ਇੰਨੀ ਨੈਗੇਟਿਵ ਪੋਲੀਟਿਕਸ ਨਹੀਂ ਕਰੀ ਇੰਨਾ ਉਹਨਾਂ ਦਾ ਜਿਹੜਾ ਲੈਵਲ ਆ ਉਹ ਗਿਰ ਚੁੱਕਿਆ ਇੰਨੇ ਮਾੜੇ ਤਰੀਕੇ ਨਾਲ ਉਹਨਾਂ ਦਾ ਜਿਹੜਾ ਲੈਵਲ ਗਿਰ ਗਿਆ ਅਤੇ ਪੰਜਾਬ ਤਾਂ ਯਾਰ ਧੀਆਂ ਭੈਣਾਂ ਦੀ ਰਖਵਾਲੀ ਕਰਨ ਵਾਲਾ ਇੱਜ਼ਤਾਂ ਕਰਨ ਵਾਲਾ ਆਪਦੀ ਦੇਸ਼ ਲਈ ਜਾਨ ਦੇਣ ਵਾਲਾ ਇਹ ਚੀਜ਼ਾਂ ਸੀਗੀਆਂ ਅਤੇ ਤੁਸੀਂ ਅੱਜ ਦੇ ਮਾਹੌਲ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਭਾਸ਼ਣਾਂ 'ਚ ਕੀ ਹੁੰਦਾ ਜਾਂ ਕੀ ਨਹੀਂ ਹੁੰਦਾ
ਤੁਸੀਂ ਦੇਖਿਓ ਬਾਈ ਬਹੁਤ ਰਿਜ਼ਲਟ ਤੋਂ ਤੁਹਾਨੂੰ ਸਾਰੀ ਚੀਜ਼ ਸਮਝ ਆਊਗੀ ਕਿ ਸੱਚਾਈ ਤੇ ਉੱਤੇ ਚੱਲਦੇ ਬਿਨਾਂ ਕੁਛ ਸ਼ੋਅ ਆਫ ਕਰੇ ਬਿਨਾਂ ਕੁਛ ਕਿਸੇ ਦੇ ਐਂਟੀ ਬੋਲੇ ਤੁਸੀਂ ਜਿੱਤ ਸਕਦੇ ਹੋ ਆਪਦੇ ਕੰਮਾਂ ਦੇ ਸਿਰ ਤੇ ਜਿੱਤ ਸਕਦੇ ਹੋ ਇਹ ਮੈਂ ਪ੍ਰੂਵ ਕਰਨਾ ਐਤਕੀ ਮੇਰੇ ਲੋਕਾਂ ਨੇ ਪ੍ਰੂਵ ਕਰਨਾ ਹੈ ਕੰਮ ਬੋਲਣਗੇ ਜੀ ਚਿਹਰਾ ਨਹੀਂ ਬੋਲੂਗਾ ਨਹੀਂ ਨਹੀਂ ਚਿਹਰਾ ਤਾਂ ਮੈਨੂੰ ਲੱਗਦਾ ਮੇਰੇ ਪਿੰਡ ਵਾਲਿਆਂ ਨੂੰ ਮੈਂ ਵੀ ਬਹੁਤ ਵੱਡਾ ਸੈਲੀਬ੍ਰਿਟੀ ਲੱਗਦਾ ਹੋਊਂਗਾ ਜੀ ਆ ਜਵਾਕਾਂ ਨੂੰ ਉਹ ਚੀਜ਼ ਨਹੀਂ ਚਿਹਰਾ ਸੋਹਣਾ ਸੈਲੀਬ੍ਰਿਟੀ ਇਹ ਚੀਜ਼ਾਂ ਵੱਖਣੇ ਜੀ ਲੀਡਰ ਕਿਉਂ ਚੁਣਦੇ ਹਾਂ ਆਪਾਂ ਭਲਾ ਕਿਉਂ ਕਰਦੇ ਹੁਣ ਘਰ ਦਾ ਲਾਣੇਦਾਰ ਹੁੰਦਾ ਜੀ ਉਹ ਆਪਾਂ ਐਂ ਦੇਖਦੇ ਹਾਂ ਵੀ ਉਹ ਉਹਦੀ ਸ਼ਕਲ ਕਹੀ ਜੀ ਆ ਜਾਂ ਉਹ ਸੈਲੀਬ੍ਰਿਟੀ ਹੈਗਾ ਕਿ ਨਹੀਂ ਹੈਗਾ ਚਾਹੇ ਉਹ ਪੜ੍ਹਿਆ ਹੋਵੇ ਚਾਹੇ ਉਹ ਅਨਪੜ੍ਹ ਹੋਵੇ ਉਹ ਆਪਦੇ ਪੂਰੇ ਪਰਿਵਾਰ ਦੀ ਨਿਗਰਾਨੀ ਰੱਖਦਾ ਉਹਦਾ ਫਰਜ਼ ਬਣ ਜਾਂਦਾ ਆਪਦੇ ਧੀਆਂ ਪੁੱਤਾਂ ਨੂੰ ਸਾਂਭਣਾ ਕਬੀਲਦਾਰੀ ਸਾਂਭਣੀ ਸੋ ਮੈਂ ਮੈਨੂੰ ਇੱਕ ਤਰ੍ਹਾਂ ਦਾ ਲਾਣੇਦਾਰ ਬਣਾਇਆ ਹੋਇਆ ਠੀਕ ਹੈ ਨਹੀਂ ਅਤੇ ਮੇਰੀ ਜ਼ਿੰਮੇਵਾਰੀ ਆ ਵੀ ਮੈਂ ਹਰੇਕ ਦੇ ਦੁੱਖ ਸੁੱਖ 'ਚ ਆਵਾਂ ਅਤੇ ਐਤਕੀ ਲੱਛੇਦਾਰ ਭਾਸ਼ਣ ਸੈਲੀਬ੍ਰਿਟੀ ਐਤਕੀ ਇਹ ਚੀਜ਼ਾਂ ਬਿਲਕੁਲ ਹੀ ਫਰਕ ਨਹੀਂ ਪਾ ਰਹੀ ਕਿਉਂਕਿ ਤੁਸੀਂ ਆਪ ਜ਼ਿਕਰ ਕੀਤਾ ਕਿ ਭਗਵੰਤ ਮਾਨ ਇੱਕ ਦੁਨੀਆ 'ਚ ਇੱਕ ਜਾਣਿਆ ਪਛਾਣਿਆ ਚਿਹਰਾ ਪਾਰਟੀ ਨੇ ਉਹਨਾਂ ਨਾਲ ਮੁੱਖ ਮੰਤਰੀ ਦਾ ਚਿਹਰਾ ਬਣਾ ਦਿੱਤਾ ਤਾਂ ਲੱਗਦਾ ਕਿ ਧੂਰੀ ਦੀ ਲੜਾਈ ਬਹੁਤ ਵੱਡੀ ਲੜਾਈ ਹੋ ਗਈ ਹੈ ਜਾਂ ਦਲਬੀਰ ਵਾਸਤੇ ਲੜਾਈ ਵੱਡੀ ਹੋ ਗਈ ਆਫ ਦਾ ਰਿਕਾਰਡ ਕਿਸੇ ਦਿਨ ਭਗਵੰਤ ਮਾਨ ਤੋਂ ਪੁੱਛਿਓ ਰਵਨੀਤ ਬਿੱਟੂ ਜੀ ਨੇ ਵੀ ਇਹ ਗੱਲ ਕਹੀ ਆ ਮੈਂ ਇਹ ਚੀਜ਼ ਆਪਦੇ ਮੂੰਹ ਨਾਲ ਕਹਿਣੀ ਨਹੀਂ ਚਾਹੁੰਦਾ ਪਰ ਮੈਂ ਜਿੰਨੀ ਵਾਰ ਵੀ ਅਸੀਂ ਇਕੱਠੇ ਹੋਏ ਹਾਂ ਤਾਂ ਉਹਨਾਂ ਨੇ ਐਂ ਕਿਹਾ ਵੀ ਤੂੰ ਯਾਰ ਬਹੁਤ ਵਧੀਆ ਕੰਮ ਕਰਦਾ ਕਾਸ਼ ਤੇਰੇ ਵਰਗੇ ਸਾਰੇ ਬੰਦੇ ਹੋ ਜਾਣ ਤਾਂ ਆਪਾਂ ਐਂ ਕਰ ਦਈਏ ਆਪਾਂ ਉਹ ਕਰ ਦਈਏ ਅਤੇ ਅੱਜ ਉਹੀ ਉਹੀ ਇਨਸਾਨ ਉਸੇ ਬੰਦੇ 'ਚ ਨੁਕਸ ਕੱਢ ਰਿਹਾ ਠੀਕ ਹੈ ਨਾ ਜੀ ਇਹ ਚੀਜ਼ਾਂ ਨੇ ਜਿਹੜੀਆਂ ਇਹ ਡਬਲ ਫੇਸ 'ਤੇ ਕੰਮ ਕਰਦੀਆਂ ਨੇ ਮੈਂ ਤਾਂ ਕਹਿ ਰਿਹਾ ਕਿ ਆਪਾਂ ਆਓ ਆਪਾਂ ਡਿਬੇਟ ਕਰੀਏ ਤੁਸੀਂ 8 ਸਾਲ ਦੇ ਕੰਮ ਲੈ ਕੇ ਆਓ ਮੈਂ 5 ਸਾਲ ਦੇ ਕੰਮ ਲੈ ਕੇ ਆਊਂਗਾ ਐਜੂਕੇਸ਼ਨ 'ਤੇ ਕਿਹਨੇ ਕੰਮ ਕਰਿਆ ਹੋਇਆ ਸਪੋਰਟਸ 'ਤੇ ਕਿਹਨੇ ਕੰਮ ਕਰਿਆ ਹੋਇਆ ਬੇਸਿਕ ਇਨਫਰਾਸਟ੍ਰਕਚਰ 'ਤੇ ਕਿਹਨੇ ਕੰਮ ਕਰਿਆ ਹੋਇਆ ਹੈਲਥ ਇਸ਼ੂਜ਼ 'ਤੇ ਕਿਹਨੇ ਕੰਮ ਕਰਿਆ ਹੋਇਆ ਤਾਂ ਸਾਰੀਆਂ ਚੀਜ਼ਾਂ ਸਾਹਮਣੇ ਆ ਜਾਣਗੀਆਂ ਵੀਰ ਜੀ ਤੁਸੀਂ ਬਿਲੀਵ ਨਹੀਂ ਕਰਨਾ 2014 'ਚ ਜਿੱਤੇ ਮੈਨੂੰ ਲੱਗਦਾ 10 ਕੁ ਪਿੰਡਾਂ 'ਚ ਗੇੜਾ ਕੱਢ ਕੇ ਗਏ ਉਹ ਵੋਟਾਂ ਮੰਗੀਆਂ ਨਹੀਂ ਰੋਡ ਸ਼ੋਅ 2019 'ਚ ਇੱਕ ਗਾਣਾ ਲਾਇਆ ਇਹਨਾਂ ਨੇ ਕਾਰ ਦੇ ਉੱਤੇ ਬੈਠੇ ਸਾਰੇ ਪਿੰਡਾਂ ਵਿੱਚ ਦੀ ਗੇੜਾ ਕੱਢਤਾ ਉਦੋਂ ਉਹਨਾਂ ਨੇ ਵੋਟ ਮੰਗਣ ਦਾ ਉਹਨਾਂ ਨੂੰ ਆਇਆ ਸੀ ਵੀ ਐਂ ਪੈ ਜਾਣਗੀਆਂ ਠੀਕ ਹੈ ਨਾ ਜੀ ਇਸ ਵਾਰ ਉਹ ਮੈਨੂੰ ਲੱਗਦਾ ਪਿਛਲੇ 6-7 ਦਿਨ ਤੋਂ ਕੰਟੀਨਿਊਸਲੀ ਧੂਰੀ ਹਲਕੇ 'ਚ ਨੇ ਉਹਨਾਂ ਦਾ ਗਾਣਾ ਮੈਂ ਜੇ ਤੇਰੇ ਯਾਰ ਨੂੰ ਦੱਬ ਨੂੰ ਫਿਰਦੇ ਦੱਬਦਾ ਕਿਤੇ ਪੁੰਨੇ ਵਾਲੇ ਵਾਲੇ ਯਾਰ ਕੀ ਦੱਬ ਦੇਣਗੇ ਨਾ ਨਾ ਪੁੰਨਾ ਵਾਲਾ ਵਾਲੇ ਤਾਂ ਦੁਬਾਰੇ ਖੁੱਤੀ ਪਾਉਣ ਨੂੰ ਤਿਆਰ ਨੇ ਜੀ ਇੱਕ ਹੋਰ ਹੈ 8 ਸਾਲਾਂ ਦੇ ਵਿੱਚ ਤੁਹਾਡੇ ਲੋਕ ਸਭਾ ਮੈਂਬਰ ਨੇ ਧੂਰੀ ਨੂੰ ਕਿੰਨੇ ਕੁ ਪੈਸੇ ਦਿੱਤੇ ਹੈਗੇ ਬਈ ਇੱਕ ਵੀ ਜਗ੍ਹਾ 'ਤੇ ਤੁਸੀਂ ਸੁਣ ਹੀ ਨਹੀਂ ਸਕਦੇ ਇਹ ਚੀਜ਼ ਹੈ ਹੀ ਨਹੀਂ ਕੁਛ ਉਹਨਾਂ ਨੇ ਕੀ ਦਿੱਤੇ ਉਹ ਕਿਸੇ ਟਾਈਮ ਨਾ ਢੀਂਡਸਾ ਸਾਹਿਬ 'ਤੇ ਤਵਾ ਲਾਉਂਦੇ ਹੁੰਦੇ ਵੀ ਇਹਨਾਂ ਨੇ ਟੇਬਲ ਦੇ ਤੇ ਜੀ ਹੁਣ ਨੌਜਵਾਨ ਲਾਈਟਾਂ ਹੇਠਾਂ ਬੈਠ ਕੇ ਤਾਸ਼ ਖੇਡਿਆ ਕਰਨਗੇ ਜਿਹੜੀ ਚੀਜ਼ ਉਹਨਾਂ ਨੇ ਕਹੀ ਹੋਈ ਹੁਣ ਉਹੀ ਚੀਜ਼ ਕਰ ਰਹੇ ਨੇ ਉਹਨਾਂ ਨੇ ਸਿਰਫ ਧੂਰੀ ਸ਼ਹਿਰ 'ਚ ਟੇਬਲ ਹੀ ਭੇਜੇ ਨੇ ਜੀ ਸਾਰੇ ਪਿੰਡਾਂ 'ਚ ਘੁੰਮ ਲਿਓ ਬਾਈ ਮੈਨੂੰ ਲੱਗਦਾ ਵੀ ਸ਼ਾਇਦ ਹੀ ਪੂਰੇ ਹੀ ਜ਼ੋਰ ਮਾਰ ਕੇ ਪੂਰੇ ਹੀ ਜੇ ਮੈਂ ਵੱਧ ਤੋਂ ਵੱਧ ਕਹਿਦਾ ਤਾਂ ਮੈਨੂੰ ਲੱਗਦਾ ਸਾਰੇ ਹਲਕੇ 'ਚ 8 ਸਾਲਾਂ 'ਚ 25-30 ਲੱਖ ਰੁਪਇਆ ਦਿੱਤਾ 8 ਸਾਲਾਂ 'ਚ MP ਨੂੰ ਪੈਸੇ ਬਹੁਤ ਮਿਲਦੇ ਹੈਗੇ MLA ਦਾ ਤਾਂ ਪੱਕਾ ਫੰਡ ਕੋਈ ਹੁੰਦਾ ਹੀ ਨਹੀਂ MP ਕੋਲੇ ਤਾਂ ਬਹੁਤ ਸਾਰੀਆਂ ਕਮੇਟੀਜ਼ ਹੁੰਦੀਆਂ ਨੇ ਜਿਹਦੇ 'ਚ ਉਹ ਚੀਜ਼ ਸਾਡਾ ਏਰੀਆ ਡਾਰਕ ਜ਼ੋਨ ਦੇ ਵਿੱਚ ਆ ਕੀ ਕੋਈ ਚਿੱਠੀ ਕਦੇ ਡਾਰਕ ਜ਼ੋਨ ਵਾਸਤੇ ਭਗਵੰਤ ਮਾਨ ਜੀ ਨੇ ਕਦੇ ਆਵਾਜ਼ ਬੁਲੰਦ ਕਰੀ ਲੋਕ ਸਭਾ ਦੇ ਵਿੱਚ ਸਾਡੇ ਇੱਥੇ ਕੈਂਸਰ ਦੀ ਬਹੁਤ ਵੱਡੀ ਪ੍ਰੋਬਲਮ ਸੀ ਕਾਲੇ ਪੀਲੀਏ ਦੀ ਪ੍ਰੋਬਲਮ ਸੀ ਕਦੇ ਇਹਨਾਂ ਨੇ ਆਵਾਜ਼ ਬੁਲੰਦ ਕਰੀ ਵਿਜੇਂਦਰ ਸਿੰਗਲਾ ਨੇ ਕੈਂਸਰ ਹੋਸਪਿਟਲ ਲਿਆਂਦਾ PGI ਲਿਆਂਦਾ ਉਹ ਚੀਜ਼ਾਂ ਹੁੰਦੀਆਂ ਨੇ ਕਿ ਲੀਡਰ ਦੇ ਕਰਨ ਵਾਲੀਆਂ ਇਹਨਾਂ ਨੇ ਇੰਨਾ ਇੰਨਾ ਪੈਸਾ ਇਹਨਾਂ ਨੂੰ ਮਿਲਿਆ ਕਿ 8 ਸਾਲਾਂ ਦੇ ਵਿੱਚ ਸਿਹਤ ਸੇਵਾਵਾਂ 'ਤੇ ਕੰਮ ਨਹੀਂ ਸੀ ਕਰ ਸਕਦੇ ਇੱਕ ਹੋਸਪਿਟਲ ਤਾਂ ਬਣਾ ਸਕਦੇ ਸੀ ਨਾ ਬਾਈ ਇੱਕ ਵੱਡਾ ਗਰਾਊਂਡ ਬਣਾ ਸਕਦੇ ਸੀ ਕੋਈ ਵੀ ਚੀਜ਼ ਨਹੀਂ ਕੋਈ ਸੜਕ ਬਣਾ ਸਕਦੇ ਸੀ ਕੋਈ ਪੁਲ ਬਣਾ ਸਕਦੇ ਸੀ ਹੋਰ ਨਹੀਂ ਕੁਛ ਵੀ ਲੋਕਾਂ ਨੂੰ ਮਿਲ ਹੀ ਲੈਂਦੇ ਬਾਈ ਜੀ ਉਹ ਚੀਜ਼ ਹੀ ਬਹੁਤ ਵੱਡੀ ਆ ਸੋ ਇਹ ਜਿਹੜੀਆਂ ਚੀਜ਼ਾਂ ਨੇ ਮੈਂ ਇੱਕ ਗੱਲ ਕਹੀ ਕਿ ਮੈਂ 5 ਸਾਲ ਇੱਥੇ ਰਿਹਾ ਮੈਂ ਦਫ਼ਤਰ ਖੋਲ੍ਹਿਆ ਅਤੇ ਮੈਂ ਬਿਲਕੁਲ ਕਿਹਾ ਵੀ ਇਹਦੇ ਨਾਲ ਮੇਰੀ ਵਿਰੋਧਤਾ ਵੀ ਹੋਈ ਕਿਉਂਕਿ ਜਦੋਂ ਤੁਸੀਂ ਸੱਚ ਨੂੰ ਸੱਚ ਕਹਿੰਦੇ ਹੋ ਤੁਹਾਡੇ ਕੋਲ ਕੰਮ ਕਰਾਉਣ ਕੋਈ ਆਉਂਦਾ ਬੰਦਾ ਤਾਂ ਇੱਕ ਦਾ ਪੱਖ ਲੈਣਾ ਪੈਂਦਾ ਇੱਕ ਦੇ ਉਲਟ ਚੱਲਣਾ ਪੈਂਦਾ ਇਹ ਤਾਂ 8 ਸਾਲ ਹੋ ਗਿਆ ਆਈ ਨਹੀਂ ਇਹਨਾਂ ਕੋਲ ਤਾਂ ਫਾਰਮੂਲਾ ਹੀ ਬਹੁਤ ਵਧੀਆ ਵੀ ਨਾਰਾਜ਼ਗੀ ਹੋਣੀ ਹੀ ਨਹੀਂ ਇਹਨਾਂ ਨਾਲ ਕਿਸੇ ਦੀ ਵੀ ਪਰ ਮੈਂ ਉਹ ਚੀਜ਼ ਨੂੰ ਵਧੀਆ ਤਰੀਕੇ ਨਾਲ ਲੋਕਾਂ ਨੂੰ ਜਿਹੜੀ ਚੀਜ਼ ਤੁਸੀਂ ਕਹਿ ਸਕਦੇ ਹੋ ਮੈਨੂੰ ਲੱਗਦਾ ਲੀਡਰ ਉਹੀ ਆ
जिहड़ी चीज कहे ते फिर चाहे उहनूं जिड्डी मर्जी कुर्बानी देनी पै जाए उह चीज नूं करके दिखावे। ਤੁਹਾਡੇ ਕੋਈ ਲੱਛੇਦਾਰ ਭਾਸ਼ਣ ਆ ਤੇ ਜੋ ਜਿਆਦਾ ਕੋ ਬੋਲਦੇ ਨੇ ਲੋਕ ਜਿਤਾਉਂਦੇ ਵੀ ਨੇ ਲੀਡ ਵੀ ਉਹਨਾਂ ਦੀ ਪਿਛਲੇ ਵਰੇ ਤੋਂ ਹੀ ਲੱਛੇਦਾਰ ਭਾਸ਼ਣ ਦੇਣ ਦੀ ਕੋਈ ਤੋੜ ਹੈਗਾ ਤੁਹਾਡੇ ਕੋਲ? ਯੂਨੀਵਰਸਿਟੀ ਦਾ ਪੜਿਆ ਹੋਇਆ ਬਾਈ, ਸਭ ਕੁਛ ਕਰਨਾ ਹੁੰਦਾ ਤੇ ਪਹਿਲੇ 5-6 ਦਿਨਾਂ ਚ ਉਹ ਤੋਂ ਕੁਛ ਨਹੀਂ ਬੋਲਿਆ ਗਿਆ, ਸਿਰਫ ਮੇਰੀ ਵਾਈਫ ਨੂੰ ਟਾਰਗੇਟ ਕਰਿਆ ਉਹਨਾਂ ਨੇ, ਉਹ ਵੀ ਨੈਗੇਟਿਵ ਤਰੀਕੇ ਨਾਲ, ਤੇ ਉਹ ਉਹਨਾਂ ਦੀ ਅਗੇਂਸਟ ਹੀ ਹੋਈ ਆ ਉਹ ਸਾਰੀ ਚੀਜ਼ ਜਾਣੀ ਕਿ ਤੇ ਉਕਸਾਉਣਾ, ਲੜਾਉਣਾ, ਮਾੜੀਆਂ ਚੀਜ਼ਾਂ ਬੁਲਵਾਉਣੀਆਂ, ਪਿੰਡਾਂ 'ਚ ਧੜੇਬੰਦੀਆਂ ਪੈਦਾ ਕਰਨੀਆਂ। ਉਈ ਵੈਸੇ ਹੀ ਕਹੀ ਜਾਣਾ ਵੀ ਕੁਛ ਹੋਈ ਹੀ ਨਹੀਂ ਜੀ, ਆਪਾਂ ਤਾਂ ਸਿਵਿਆਂ ਦੀ ਅੱਗ ਬਲ ਗਈਆਂ ਜੀ, ਚੁੱਲ੍ਹਿਆਂ ਦੀਆਂ ਅੱਗਾਂ ਠੰਡੀਆਂ ਹੋ ਗਈਆਂ ਜੀ। ਤੁਸੀਂ ਦੱਸੋ ਇਹ ਕੋਈ ਅੱਜ ਦਾ ਟੌਪਿਕ ਹੈਗਾ ਜੀ? ਹਰੇਕ ਪਿੰਡ 'ਚ ਸ਼ੁਰੂਆਤ ਕਿੱਥੋਂ ਕਰਨੀ ਹੈ? ਨੈਗੇਟਿਵ ਪਾਸੇ ਲੈ ਕੇ ਜਾਣਾ ਵੀ ਚੁੱਲ੍ਹਿਆਂ ਦੀ ਅੱਗ ਬੁਝ ਗਈ ਜੀ, ਸਿਵਿਆਂ ਦੀ ਅੱਗ ਚੱਲ ਪਈ ਜੀ, ਨੈਗੇਟਿਵਨੈਸ ਹੈਗੀ ਹੈ ਕਿ ਨਹੀਂ ਹੈਗੀ? ਸਰਕਾਰੀ ਸਕੂਲਾਂ ਨੂੰ ਮਾੜਾ ਬੋਲਣਾ ਨੈਗੇਟਿਵਨੈਸ ਹੈਗੀ ਹੈ ਕਿ ਨਹੀਂ ਹੈਗੀ? ਅੱਜ ਤੁਸੀਂ ਦੱਸੋ ਬਾਈ ਜੀ, ਆਪਾਂ ਮੈਂ ਨਹੀਂ ਕਹਿੰਦਾ ਵੀ ਕਾਂਗਰਸ ਨੇ ਕਰਿਆ ਜਾਂ ਮੈਂ ਕਰਿਆ ਜਾਂ ਕਿਸੇ ਨੇ ਕਰਿਆ, ਅੱਜ ਤਰੱਕੀ ਹੈਗੀ ਹੈ ਕਿ ਨਹੀਂ ਹੈਗੀ? ਚਾਹੇ ਘਾਟਾ ਚਾਹੇ ਵਾਧਾ, ਹਰੇਕ ਬੰਦੇ ਕੋਲ ਪੱਖਾ, ਕੂਲਰ, ਏਸੀ, ਫਰਿੱਜ, ਸਕੂਟਰ, ਮੋਟਰਸਾਈਕਲ, ਆਹ ਮੀਡੀਆ, ਮੋਬਾਈਲ, ਟੀਵੀ, ਹਰ ਇੱਕ ਚੀਜ਼ ਡੇ ਬਾਈ ਡੇ ਟੈਕਨੋਲੋਜੀ ਵੱਧ ਰਹੀ ਆ। ਅਤੇ ਹਾਂ, ਰੋਜ਼ਗਾਰ ਨਹੀਂ ਹੈਗਾ ਸਾਡੇ ਕੋਲ, ਰੋਜ਼ਗਾਰ ਮੈਂ ਕਹਿੰਦਾ ਬਾਈ ਜੀ ਕੋਈ ਪਾਰਟੀ ਜ਼ੋਰ ਲਾ ਲਵੇ, ਜਿੰਨਾ ਟਾਈਮ ਪੰਜਾਬ ਦੇ ਸਿਰ ਤੋਂ ਕਰਜ਼ਾ ਨਹੀਂ ਨਾ ਲਹਿੰਦਾ, ਰੋਜ਼ਗਾਰ ਨਹੀਂ ਤੁਸੀਂ ਦੇ ਸਕਦੇ, ਚਾਹੇ ਕੋਈ ਝੂਠ ਬੋਲੀ ਜਾਵੇ। ਯਾਰ ਮੈਂ ਯੂਥ ਹਾਂ, ਮੈਂ ਚੀਜ਼ ਨੂੰ ਐਕਸੈਪਟ ਕਰਦਾ। ਜਦੋਂ ਤੁਹਾਡੇ ਸਿਰ 'ਤੇ 3 ਲੱਖ ਕਰੋੜ ਰੁਪਈਏ ਦਾ ਕਰਜ਼ਾ, ਅਤੇ ਕਿਵੇਂ ਵੀ ਪੋਸੀਬਲ ਕਿਵੇਂ ਆ? ਠੀਕ ਹੈ ਨਾ, ਆਪਾਂ ਕੀ ਕਰ ਰਹੇ ਹਾਂ, ਇੱਕ ਦੂਜੇ ਤੋਂ ਉੱਪਰ ਜਾਣ ਨੂੰ ਆਹ ਦੇ ਰਹੇ ਹਾਂ ਵੀ 1000 ਰੁਪਇਆ ਪੈਨਸ਼ਨ ਦੇ ਦਾਂਗੇ ਜੀ, ਇਹ ਕਰ ਦਾਂਗੇ ਜੀ, ਸੱਚਾਈ ਤਾਂ ਹੈ ਹੀ ਨਹੀਂ ਇਹਦੇ 'ਚ। ਸੱਚਾਈ 'ਤੇ ਗੱਲ ਕਰੀਏ ਆਪਾਂ, ਪੰਜਾਬ ਨੂੰ ਜੇ ਵਾਕਈ ਆਪਾਂ ਕੋਈ ਚੀਜ਼ ਕਰਨੀ ਚਾਹੁੰਦੇ ਹਾਂ, ਪੰਜਾਬ ਤਾਂ ਅਜਿਹਾ ਸੂਬਾ ਜੇ ਕੋਈ ਚੰਗਾ ਮੁੱਖ ਮੰਤਰੀ ਮਿਲ ਜੇ ਨਾ, ਜੇ ਉਹ ਕਹਿ ਦੇਵੇ ਬਾਹਰਲਿਆਂ ਨੂੰ ਵੀ, ਉਰਲਿਆਂ ਨੂੰ ਵੀ, ਅੰਦਰਲਿਆਂ ਨੂੰ ਵੀ ਭਾਈ ਪੰਜਾਬ ਦਾ ਕਰਜ਼ਾ ਆਪਾਂ ਨੇ ਲਾਉਣਾ, ਉਦੋਂ ਬਾਅਦ ਤੁਹਾਨੂੰ ਮੈਂ ਚਲਾ ਕੇ ਦਿਖਾਊਂਗਾ ਸਟੇਟ, ਅਤੇ ਤੁਸੀਂ ਦੇਖਿਓ ਕਿਵੇਂ ਚੱਲੂਗੀ। ਅਰਵਿੰਦ ਕੇਜਰੀਵਾਲ ਨੇ ਚਾਹੇ ਭਗਵੰਤ ਮਾਨ ਨੂੰ ਸੀ ਐਮ ਦਾ ਚਿਹਰਾ ਅਨਾਊਂਸ ਕਰ ਦਿੱਤਾ ਹੈਗਾ, ਪਾਰਟੀ ਨੇ ਗਰੰਟੀਆਂ ਅਜੇ ਵੀ ਕੇਜਰੀਵਾਲ ਹੀ ਦੇ ਰਿਹਾ ਹੈਗਾ, ਉਹਨੂੰ ਕਿਵੇਂ ਦੇਖਦੇ? ਕਿਉਂਕਿ ਇੱਥੋਂ ਹੁਣ ਤੁਹਾਡੀ ਲੜਾਈ ਭਗਵੰਤ ਮਾਨ ਦੇ ਨਾਲ ਆ, ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਨਾਲ ਆ। ਇੱਕ ਮੌਕਾ ਕੇਜਰੀਵਾਲ ਨੂੰ ਮੈਂ ਪੁੱਛਿਆ ਇਹ, ਮੈਂ ਕਿਹਾ ਇੱਕ ਮੌਕਾ ਭਾਈ ਪੰਜਾਬ ਦੇ ਲੋਕਾਂ ਨੂੰ ਕਿਉਂ ਨਹੀਂ? ਉਰੇ ਆ ਕੇ ਤਾਂ ਪੰਜਾਬ 'ਚੋਂ ਵੋਟਾਂ ਮੰਗ ਰਹੇ ਹੋ, ਪੰਜਾਬ ਦਾ ਧੂੰਆਂ ਦਿੱਲੀ ਦੇ ਕੇਜਰੀਵਾਲ ਦੀਆਂ ਅੱਖਾਂ 'ਚ ਪੈ ਜਾਂਦਾ, 3 ਕਾਨੂੰਨਾਂ 'ਚੋਂ 1 ਕਾਨੂੰਨ ਤੁਸੀਂ ਵਿਧਾਨ ਸਭਾ 'ਚ ਸਭ ਤੋਂ ਪਹਿਲੇ ਆਮ ਆਦਮੀ ਵਾਲੇ ਨੇ ਜਿਹੜੇ ਨੋਟੀਫਾਈ ਕਰਦੇ ਨੇ, ਅਤੇ ਉਰੇ ਆ ਕੇ ਤੁਸੀਂ ਉਹੀ ਲੋਕਾਂ ਦੀਆਂ ਵੋਟਾਂ ਮੰਗ ਰਹੇ ਹੋ। ਕਿਤੇ ਨਾ ਕਿਤੇ ਅਰਵਿੰਦ ਕੇਜਰੀਵਾਲ ਪੰਜਾਬ ਨੂੰ ਕਬਜ਼ੇ 'ਚ ਕਰਨਾ ਚਾਹੁੰਦਾ, ਭਗਵੰਤ ਮਾਨ ਉਰੀ ਤਾਂ ਮੋਹਰੇ ਨੇ ਬਈ, ਜਿਹੜੇ ਵੱਡੇ ਵੱਡੇ ਚਿਹਰੇ ਸੀ ਉਹ ਇਹਨਾਂ ਨੇ ਸਾਰੇ ਖੂੰਜੇ ਲਾਤੇ, ਸਾਡੇ ਫੂਲਕਾ ਸਾਹਿਬ, ਧਰਮਵੀਰ ਗਾਂਧੀ ਜੀ, ਖਹਿਰਾ ਸਾਹਿਬ, ਛੋਟੇਪੁਰ, ਕਿੰਨੇ ਹੀ ਇਹਨਾਂ ਦੇ MLA ਸੀਗੇ। ਜੇ ਇਹਨਾਂ ਦੀ ਸਰਕਾਰ ਬਣਦੀ ਹੋਵੇ, ਇਹਨਾਂ ਦੀ ਹਵਾ ਵਧੀਆ ਹੋਵੇ, ਕੋਈ 10 MLA ਆਪਦੀ ਪਾਰਟੀ ਛੱਡ ਕੇ ਜਾਣਗੇ? ਸੁਭਾਵਿਕ ਜੀ ਗੱਲ ਹੈ ਜੀ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ, ਕਿੰਨੇ ਹੀ ਆ ਦੇਖੋ ਵਿਚਾਰਾ ਮੁੰਡਾ ਫਿਰੋਜ਼ਪੁਰ ਵਾਲਾ, ਉਹਨੇ ਭੁੱਬਾਂ ਮਾਰ ਮਾਰ ਕੇ ਰੋਇਆ ਵੀ ਯਾਰ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਮੇਰੀਆਂ ਦੋਵੇਂ ਧੀਆਂ ਦੀ ਸਹੁੰ, ਮੇਰੇ ਕੋਲ ਹੋਰ ਪੈਸਾ ਨਹੀਂ ਹੈਗਾ ਦੇਣ ਨੂੰ। ਸੰਜੇ ਸਿੰਘ ਹੋਰੀ ਕਿੱਧਰ ਗਏ ਬਾਈ ਪਿਛਲੀ ਵਾਰ ਵਾਲੇ? ਰਾਘਵ ਚੱਡੇ ਹੋਰਾਂ ਦੇ ਲਾਈਵ ਜੁੱਤੀਆਂ ਪਈਆਂ ਜਲੰਧਰ। ਸਾਡੇ ਅੱਜ ਵੀ ਹਰੀਸ਼ ਚੌਧਰੀ ਨੇ, ਪਿਛਲੀ ਵਾਰ ਵੀ ਹਰੀਸ਼ ਚੌਧਰੀ ਸੀ, ਕ੍ਰਿਸ਼ਨਾ ਅਲਾਵਾਰੂ ਪਿਛਲੀ ਵਾਰ ਵੀ ਸੀ, ਅੱਜ ਵੀ ਨੇ। ਦੱਸੋ ਇੱਕ ਵੀ ਕਿਸੇ 'ਤੇ ਉਂਗਲ ਉੱਠੀ ਹੋਵੇ, ਕੋਈ ਹੈ ਇਹੋ ਜਿਹਾ ਇੰਸੀਡੈਂਟ? ਸੋ ਰਾਹੁਲ ਗਾਂਧੀ ਦੀ ਬਹੁਤ ਵਧੀਆ ਸੋਚ ਆ, ਬੜੇ ਵਧੀਆ ਤਰੀਕੇ ਨਾਲ ਇਹ ਚੀਜ਼ ਚੱਲ ਰਹੀ ਹੈ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਯਾਨੀ ਕਿ ਹੋਰ ਰਾਈਜ਼ ਕਰਾਂਗੇ ਅਸੀਂ ਵਧੀਆ ਤਰੀਕੇ ਨਾਲ। ਇਸ ਵਾਰ ਕਾਂਗਰਸ ਦਾ ਤੁਹਾਡੀ ਨਜ਼ਰ ਦੇ ਵਿੱਚ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਾਂ ਭਾਰਤੀ ਜਨਤਾ ਪਾਰਟੀ ਦੇ ਨਾਲ, ਆਮ ਆਦਮੀ ਪਾਰਟੀ ਦੇ ਨਾਲ ਮੰਨ ਕੇ ਚੱਲ ਰਹੀ ਕਾਂਗਰਸ ਪਾਰਟੀ ਜੀ? ਆਲ ਓਵਰ ਪੰਜਾਬ ਦੀ ਜੇ ਗੱਲ ਕਰੀਏ ਤਾਂ ਮੈਨੂੰ ਲੱਗਦਾ ਵੀ ਅਕਾਲੀ ਦਲ ਨਾਲ ਮੁਕਾਬਲਾ ਹੋਊਗਾ। ਜੇ ਸਾਰੇ ਪੰਜਾਬ ਦੀ ਗੱਲ ਕਰੀਏ, ਜੇ ਸੰਗਰੂਰ ਏਰੀਏ ਦੀ ਗੱਲ ਕਰੀਏ ਤਾਂ ਅਲੱਗ ਅਲੱਗ ਸੀਟਾਂ ਦੀ ਗੱਲ ਆ ਜੀ। ਜਿਵੇਂ ਸੰਗਰੂਰ ਅਲੱਗ ਮਾਹੌਲ ਆ, ਸੁਨਾਮ ਅਲੱਗ ਮਾਹੌਲ ਆ, ਧੂਰੀ ਦਾ ਅਲੱਗ ਮਾਹੌਲ ਆ, ਧੂਰੀ 'ਚ ਹੁਣ ਮੇਰੇ ਯਾਨੀ ਕਿ ਆਮ ਆਦਮੀ ਨਾਲ ਆ ਜੀ। ਸੋ ਇਹ
जिहड़ियां चीज़ां ने लोगों ने दसना इहदे च ते मैनूं लगता भी ऐतकी किसान जथेबंदियों तो बाद ना लोगों च अवेयरनैस बहुत होगी जी। ऐतकी ज़्यादातर ये चीज़ चल रही है भी चेहरा कौन आ ते उहदा बैकग्राउंड की आ ते उह किहा जिहा बंदा ते उह की करनी चाहुंदा ते वड्डे वड्डे चेहरियां तो भाई अपना विजन ही नहीं दस्सिया जांदा भी असीं पंजाब च करना की आ। ठीक है ना, मेरे नाल पंजाब दे विजन ते भी जदों मर्जी दूजी पार्टी का जिहड़ा सीएम चेहरा मेरे नाल बैठ के किसी साथ च भी पंजाब दे विजन बारे गल करे मैं तर्क दे हिसाब नाल पैसों दे हिसाब नाल ऐ दसूंगा भी आह कम असी किन्ने पैसों च किवें करवा सकते हैं, नौजवानों नूं नौकरी किस तरीके नाल मिल सकती है, ये अजिहियां चीज़ां नहीं कर सकते भाई जी। ये तो एक बार ना पावर लेना चाहते ने। ठीक है ना, तो बस नेगेटिविटी राजनीति सीएम चन्नी साहब नूं मालवे च लड़ाउणा कांग्रेस पार्टी नूं फायदा होएगा जी? बहुत फायदा जी, सानूं बहुत ज़्यादा वड्डा फायदा जी। तो उन्हां नूं लोग पसंद करते ने, इन्ने घट टाइम च वो सब तो पापूलर फेस बन गए जी पंजाब का, क्योंकि काम भी करके दिखाया तो जिथे उन्हां दा जी करिया उत्थे बैठे, जिथे उन्हां दा जी करिया उन्होंने काम करिया ते गुरु महाराज उन्होंने होर उन्होंने ताकत बख्शन ते आने वाला समा उन्होंने सेवा का मौका मिले ते मैं लगता वो आपदे आप होर बेहतर ढंग नाल प्रूव कर सकते हैं। लगता है कि कैप्टन ने जो धड़ा बनाया गया कांग्रेस पार्टी को कितने कितने जाके नुकसान है कि नहीं है, जब बिल्कुल वो हाशिए ते चल गया कैप्टन अमरिंदर सिंह? देखो भाई मैं लगता कि कांग्रेस तो उत्थे दी उत्थे ही खड़ी है, पर मैनू ऐ लगता भी कोई भी बंदा तुहाडे तो टुटे मेरे जिहड़ा मेरा आपदा मेरे किसी पिंड का कोई बंदा मेरे तो टुट रहा तो मैं लगता भी नुकसान होंगे। अच्छा मेरा आखिरी सवाल दलबीर जी, धूरी वाले ने मौका दिता फिर तुहानू अगले 5 साल वास्ते किहड़े मोटे टारगेट लैके चल रहे तुसीं जी? मैं एक मैनीफेस्टो तैयार कर रहा जिन्हों मैं लीगल डॉक्यूमेंट बनाऊंगा ते ए मैं पार्टी लाइन्स तो भी परा होके एक तो पंजाब का साड़ी पार्टी ने बनाना बट मैं धूरी का एक मैनीफेस्टो बनाऊंगा ते वो लीगल डॉक्यूमेंट बनाऊंगा ते मैं लगता वो जड़िया मोटिया मोटिया पांच चार जड़िया ज़्यादा दिक्कत वाली समस्या ने ना वो ही कम करना। मैं हेल्थ पर कम करना, मैं एजुकेशन पर कम करना, मैं स्पोर्ट्स पर कम करना, मैं यानी कि गरीब जिहड़ा वर्ग आ साडा मैं उस पर कम करना। साडे वल्लों बहुत बहुत शुभ शामां जी। नहीं तो थैंक यू वीर जी, बहुत धन्यवाद, तुसीं बड़े लंबे समय तो साडे नाल अज घूम रहे हो ते तुहाडे सारिआं दे साथ करके ही तुहाडा छोटा भरा अज इन्ने क जोगा होया। बिल्कुल जी, ये लड़ाई धूरी की लड़ाई एक वड्डी है पंजाब दी, वो चर्चित सीटां ने जिथे बहुत वड्डे पेचे पए ने ते हल्के दे लोग केड़ी पार्टी का नेता चाहते ने ये हल्के दे लोगों ने डिसाइड करना, लेकिन लाजमी तौर पर पंजाब की जनता ये जरूर इस बार डिसाइड करेगी कि अगले 5 साल किन्ना दे हाथ सुरक्षित रहेगा। कैमरा मनदीप सिंह के नाल जगतार सिंह ABC पंजाब धूरी।